ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਏ ਹਾਂ ਉਸ ਦੀ ਸ਼ੁਕਰਗੁਜ਼ਾਰੀ ਕਰਨ ਦੇ ਲਈ ਜੋ ਵੀ ਬਰਕਤਾਂ ਖੁਦਾ ਨੇ ਸਾਡੀ ਇਸ ਕੈਥੀਡਰਲ ਪੈਰਿਸ਼ ਦੀ ਸਰਪ੍ਰਸਤ ਸਾਡੀ ਪਿਆਰੀ ਮਾਂ ਮਰੀਅਮ ਦੀ ਸ਼ਿਫਾਰਿਸ਼ ਦੇ ਰਾਹੀਂ ਸਾਡੀ ਡਾਇਸਿਸ ਨੂੰ ਦਿੱਤੀਆਂ ਹਨ ਉਹਨਾਂ ਸਾਰੀਆਂ ਬਰਕਤਾਂ ਦੇ ਲਈ ਸ਼ੁਕਰਗੁਜ਼ਾਰੀ ਕਰਨ ਦੇ ਲਈ ਅਸੀਂ ਇਹਨਾਂ ਦਿਨਾਂ ਦੇ ਵਿੱਚ ਡਾਇਸਿਸ ਦੀਆਂ ਵੱਖਰੀਆਂ ਵੱਖਰੀਆਂ ਪੈਰਿਸ਼ਾ ਤੋਂ ਆ ਕੇ ਪਵਿੱਤਰ ਕੁਰਬਾਨੀ ਦੇ ਵਿੱਚ ਸ਼ਾਮਲ ਹੋ ਰਹੇ ਹਾਂ। ਅਵਸੀ ਅੱਜ ਥੋੜੀ ਦੇਰ ਦੇ ਲਈ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਦੋ ਪਾਠ ਸੁਨੇਹਾ। ਪਹਿਲਾ ਪਾਠ ਅਸੀਂ ਰੋਮ ਦੀ ਵਿਸ਼ਵਾਸ ਸੰਗਤ ਨੂੰ ਖੱਤ ਉਹਦੇ ਵਿੱਚੋਂ ਲਿਆ ਹੈ। ਜਿੱਥੇ ਅਸੀਂ ਸੰਤ ਪੌਲਸ ਦੀ ਗਵਾਹੀ ਦੇ ਬਾਰੇ ਪੜ੍ਹਦੇ ਹਾਂ ਸੰਤ ਪੌਲਸ ਜਿਸ ਨੇ ਇੱਕ ਵਿਸ਼ਵਾਸੀ ਸੇਵਕ ਬਣ ਕੇ ਗੈਰ ਗੋਮਾਂ ਦੇ ਵਿੱਚ ਜਾ ਕੇ ਪ੍ਰਭੂ ਦੇ ਨਾਮ ਦੀ ਗਵਾਹੀ ਦਿੱਤੀ ਇੱਕ ਇਮਾਨਦਾਰ ਸੇਵਾਦਾਰ ਹਰ ਤਰ੍ਹਾਂ ਦੇ ਦੁੱਖ ਹਰ ਤਰ੍ਹਾਂ ਦੀਆਂ ਮੁਸੀਬਤਾਂ ਹਰ ਤਰ੍ਹਾਂ ਦੀਆਂ ਜ਼ੁਲਮਾਂ ਦਾ ਸਾਹਮਣਾ ਕਰਦੇ ਹੋਏ ਈਮਾਨ ਵਿੱਚ ਪੱਕਾ ਸੇਵਾਦਾਰ ਰਿਹਾ ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਇੱਕ ਚਤੁਰ ਯਾਨੀ ਕਿ ਇੱਕ ਚਲਾਕ ਸੇਵਕ ਦਾ ਬਿਆਨ ਕਰਦੇ ਹਨ ਕਿਉਂ ਪ੍ਰਭੂ ਯਿਸੂ ਮਸੀਹ ਉਸ ਦੀ ਚਲਾਕੀ ਦੀ ਸ਼ਲਾਂਗਾ ਕਰਦੇ ਹਨ ਪ੍ਰਭੂ ਨੇ ਉਸ ਚਲਾਕ ਮੁਖਤਿਆਰ ਉਹਦੀ ਸ਼ਲਾਂਗਾ ਕੀਤੀ ਹੈ ਅੱਜ ਕਿ ਉਹ ਆਪਣੇ ਆਉਣ ਵਾਲੇ ਜੀਵਨ ਦੇ ਬਾਰੇ ਕਿਸ ਤਰ੍ਹਾਂ ਤਿਆਰੀ ਕਰ ਰਿਹਾ ਹੈ ਉਹਨੂੰ ਪਤਾ ਹੈ ਕਿ ਉਸ ਦਾ ਇਹ ਜੋ ਕੰਮ ਹੈ ਜੋ ਮੌਜੂਦਾ ਸਮੇਂ ਵਿੱਚ ਕਰ ਰਿਹਾ ਹੈ ਉਹ ਲੈ ਲਿਆ ਜਾਣਾ ਹੈ ਇਸ ਕਰਕੇ ਉਸਨੇ ਆਪਣੇ ਜੋ ਕਰਜ਼ਦਾਰ ਸਨ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਆਖਿਆ ਤੁਸੀਂ ਕਿੰਨਾ ਕਿੰਨਾ ਦੇਣਾ ਹੈ ਤੁਸੀਂ ਹੁਣ ਉਸ ਤੋਂ ਅੱਧਾ-ਅੱਧਾ ਕਰ ਦੇਵੋ ਆਪਣੇ ਆਉਣ ਵਾਲੇ ਭਵਿੱਖ ਦੇ ਬਾਰੇ ਉਹ ਕਿਸ ਤਰ੍ਹਾਂ ਯੋਜਨਾਵਾਂ ਬਣਾ ਰਿਹਾ ਹੈ ਤੇ ਪ੍ਰਭੂ ਉਸ ਦੀ ਇਸ ਚਲਾਕੀ ਦੀ ਸ਼ਲਾੰਘਾ ਕਰਦਾ ਹੈ ਹੁਣ ਜਦ ਅਸੀਂ ਇਹ ਪਾਠ ਨੂੰ ਆਪਣੇ ਜੀਵਨ ਦੇ ਉੱਤੇ ਜੇਕਰ ਅਸੀਂ ਲਾਗੂ ਕਰਨਾ ਹੈ ਤੇ ਇਹਦਾ ਸਾਡੇ ਲਈ ਕੀ ਸੰਦੇਸ਼ ਹੈ ਅੱਜ ਦੇ ਪਹਿਲੇ ਪਾਠ ਦਾ ਅਤੇ ਅੱਜ ਦੀ ਅੰਜੀਲ ਦਾ ਸਾਡੇ ਜੀਵਨ ਦੇ ਵਿੱਚ ਇਸ ਦਾ ਕੀ ਅਸਰ ਹੈ ਅਸੀਂ ਕੀ ਸਿੱਖ ਸਕਦੇ ਹਾਂ ਇਸ ਤੋਂ ਅਸੀਂ ਵੀ ਉਸ ਚਲਾਕ ਅਤੇ ਚਤੂਰ ਨੌਕਰ ਦੇ ਵਾਂਗ ਅਸੀਂ ਵੀ ਯੋਜਨਾਵਾਂ ਬਣਾਉਣੀਆਂ ਨੇ ਚਲਾਕੀ ਦੀਆਂ ਯੋਜਨਾਵਾਂ ਨਹੀਂ ਬੇਇਮਾਨੀ ਦੀਆਂ ਯੋਜਨਾਵਾਂ ਨਹੀਂ ਸਗੋਂ ਅਸੀਂ ਵੀ ਯੋਜਨਾਵਾਂ ਬਣਾਉਣੀਆਂ ਹਨ ਕਿ ਅਸੀਂ ਕਿਸ ਤਰ੍ਹਾਂ ਆਪਣੇ ਮਾਲਿਕ ਪ੍ਰਭੂ ਯੀਸੂ ਮਸੀਹ ਨੂੰ ਖੁਸ਼ ਕਰ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਉਸ ਦੀ ਦੋਸਤੀ ਦੇ ਵਿੱਚ ਕਾਇਮ ਰਹਿ ਸਕਦੇ ਹਾਂ ਉਸ ਦੇ ਲਈ ਅਸੀਂ ਯੋਜਨਾਵਾਂ ਬਣਾਉਣੀਆਂ ਹਨ ਹੁਣ ਕਈ ਵਾਰੀ ਜਿਸ ਤਰ੍ਹਾਂ ਇਹ ਨੌਕਰ ਉਸਨੇ ਸਿਰਫ ਆਪਣੇ ਦੁਨਿਆਵੀ ਜੀਵਨ ਦੀ ਚਿੰਤਾ ਕੀਤੀ ਆਪਣੇ ਦੁਨਿਆਵੀ ਭਵਿੱਖ ਦੇ ਜੀਵਨ ਨੂੰ ਸੁਖ ਲਾ ਬਣਾਉਣ ਦੇ ਲਈ ਉਸਨੇ ਯੋਜਨਾ ਬਣਾਈ ਲੇਕਿਨ ਪਿਆਰਿਓ ਅਸੀਂ ਉਸ ਜੀਵਨ ਦੇ ਲਈ ਯੋਜਨਾਵਾਂ ਬਣਾਉਣੀਆਂ ਹਨ ਜਿਹੜਾ ਇਸ ਦੁਨੀਆਂ ਦਾ ਨਹੀਂ ਹੈ ਉਹ ਜੀਵਨ ਜੋ ਸਵਰਗੀ ਜੀਵਨ ਹੈ ਜਿੱਥੇ ਅਸੀਂ ਪ੍ਰਭੂ ਯੀਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਸੰਤਾਂ ਦੇ ਨਾਲ ਫਰਿਸਤੀਆਂ ਦੇ ਨਾਲ ਉਸ ਦੀ ਆਰਾਧਨਾ ਕਰਨੀ ਹੈ ਅਸੀਂ ਉਸ ਜੀਵਨ ਦੇ ਲਈ ਯੋਜਨਾਵਾਂ ਬਣਾਉਣੀਆਂ ਹਨ ਹਾਲੇਲੂਇਆ 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 ਹੁਣ ਉਹਦੇ ਵਾਸਤੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਸਾਡੀ ਜੋ ਦੋਸਤੀ ਹੈ ਉਹ ਪ੍ਰਭੂ ਦੇ ਨਾਲ ਹੋਣੀ ਚਾਹੀਦੀ ਹੈ ਹਾਲੇਲੂਇਆ ਹਾਲੇਲੂਇਆ ਕਿਸ ਦੇ ਨਾਲ ਹੋਣੀ ਚਾਹੀਦੀ ਹੈ ਸਾਡੀ ਦੋਸਤੀ ਪ੍ਰਭੂ ਦੇ ਨਾਲ ਦੋਸਤੀ ਹੋਣੀ ਚਾਹੀਦੀ ਹੈ ਉਸ ਇਨਸਾਨ ਨੇ ਉਹ ਮੁਖਤਾਰ ਨੇ ਦੋਸਤੀ ਦੂਸਰੇ ਲੋਕਾਂ ਦੇ ਨਾਲ ਬਣਾਈ ਜਿਹੜੇ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਧਨ ਦੇ ਨਾਲ ਮਦਦ ਕਰ ਸਕਦੇ ਸਨ ਲੇਕਿਨ ਅੱਜ ਅਸੀਂ ਦੋਸਤੀ ਬਣਾਉਣੀ ਹੈ ਪ੍ਰਭੂ ਯੀਸੂ ਦੇ ਨਾਲ ਇਹ ਪਹਿਲੀ ਗੱਲ ਹੈ ਦੂਜੀ ਗੱਲ ਹੈ ਅਸੀਂ ਦੋਸਤੀ ਬਣਾਉਣੀ ਹੈ ਖੁਦਾ ਦੇ ਲੋਕਾਂ ਦੇ ਨਾਲ ਜੋ ਇਸ ਧਰਤੀ ਦੇ ਉੱਤੇ ਹਨ ਅਤੇ ਜੋ ਸਵਰਗ ਦੇ ਵਿੱਚ ਹਨ ਸੰਤ ਅਤੇ ਸੰਤਨੀਆਂ ਦੇ ਨਾਲ ਅਸੀਂ ਦੋਸਤੀ ਬਣਾਉਣੀ ਹੈ ਤੁਹਾਡੀ ਦੋਸਤੀ ਹੈਗੀ ਹੈ ਕਿਸੇ ਦੇ ਨਾਲ ਸਵਰਗ ਦੇ ਵਿੱਚ ਕਿਸੇ ਦੇ ਨਾਲ ਦੋਸਤੀ ਹੈਗੀ ਹੈ ਕਿ ਇੱਥੇ ਤੱਕ ਹੀ ਸੀਮਤ ਹੈ ਸਾਡੀ ਦੋਸਤੀ ਤੁਹਾਨੂੰ ਸਾਰਿਆਂ ਨੂੰ संत हन ਸਾਡੇ ਸਰਪ੍ਰਸਤ ਸੰਤ ਹਨ ਸਾਨੂੰ ਨਾਂ ਦਿੱਤੇ ਗਏ ਹਨ ਮਸੀਹ ਦੇ ਨਾਂ ਦਿੱਤੇ ਮਸੀਹ ਦੇ ਜੋ ਚੁਣੇ ਹੋਏ ਸੰਤ ਹਨ ਉਹਨਾਂ ਦੇ ਨਾਂ ਦਿੱਤੇ ਗਏ ਹਨ ਉਹ ਸਾਡੇ ਸਰਪ੍ਰਸਤ ਨੇ ਮੇਰਾ ਸਰਪ੍ਰਸਤ ਸੰਤ ਇਹ ਹੁੰਨਾ ਜਿਸਨੇ ਅੰਜੀਲ ਲਿਖੀ ਹੈ ਇਸੇ ਤਰ੍ਹਾਂ ਹਰੇਕ ਦਾ ਸਵਰਗੀ ਸਰਪ੍ਰਸਤ ਹੈ ਉਹਨਾਂ ਦੇ ਨਾਲ ਅਸੀਂ ਦੋਸਤੀ ਬਣਾਉਣੀ ਹੈ ਉਹਨਾਂ ਦੀ ਸ਼ਿਫਾਰਿਸ਼ ਮੰਗਣੀ ਹੈ ਕਿਉਂਕਿ ਇਹ ਸਾਰੇ ਸੰਤ ਖੁਦਾ ਦੀ ਹਜ਼ੂਰੀ ਵਿੱਚ ਹਨ ਉਦੇ ਨਾਲ ਉਸ ਦੀ ਰਾਤ ਨਾ ਕਰਦੇ ਹਨ ਹਾਂ ਪਿਆਰੀਓ ਫਾਦਰ ਜੀ ਨੇ ਫਾਦਰ ਜੋਸ ਨੇ ਦੱਸਿਆ ਕਿ ਇਹ ਜੋ ਨਵੰਬਰ ਦਾ ਮਹੀਨਾ ਹੈ ਇਹ ਮੋਇਆ ਹੋਿਆਂ ਦੀ ਰੂਹਾਂ ਦੇ ਦਵਾਈ ਦੁਆ ਕਰਨ ਦੇ ਲਈ ਇਹ ਸਮਰਪਿਤ ਹੈ ਇੱਕ ਦਿਹਾੜਾ ਪਾਤਮਾ ਕਲਿਸੀਆ ਨੇ ਦਿੱਤਾ ਹੈ ਕਿ ਜਦੋਂ ਅਸੀਂ ਕਬਰਸਤਾਨ ਦੇ ਵਿੱਚ ਜਾ ਕੇ ਮੋਇਆ ਹੋਿਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਤੇ ਮੈਂ ਤੁਹਾਡਾ ਥੋੜਾ ਜਿਹਾ ਧਿਆਨ ਇਹ ਦਿਹਾੜੇ ਵੱਲ ਅਤੇ ਇਸ ਮਹੀਨੇ ਦੀ ਖਾਸੀਅਤ ਵੱਲ ਵੀ ਲੈ ਕੇ ਜਾਣਾ ਚਾਹੁੰਦਾ ਹਾਂ 2 ਤਰੀਕ ਨੂੰ 1 ਤਰੀਕ ਨੂੰ ਸਾਰੇ ਸੰਤਾਂ ਦੀ ਈਦ ਮਨਾਈ ਜਾਂਦੀ ਹੈ ਕਿਹਦੀ ਈਦ ਮਨਾਈ ਜਾਂਦੀ ਹੈ 1 ਤਰੀਕ ਨੂੰ ਸਾਰੇ ਬੋਲੋ ਕਿਹਦੀ ਈਦ ਮਨਾਈ ਜਾਂਦੀ ਹੈ ਸਾਰੇ ਸੰਤਾਂ ਦੀ ਤੇ 2 ਤਰੀਕ ਨੂੰ ਕੀ ਮਨਾਈ ਜਾਂਦੀ ਹੈ ਕਿ ਮੁਰਦਿਆਂ ਦੀ ਈਦ ਨਹੀਂ ਹੁੰਦੀ ਮੁਰਦਿਆਂ ਦਾ ਦਿਹਾੜਾ ਹੈ ਉਹ ਅਜੇ ਸੰਤ ਨਹੀਂ ਬਣੇ ਕਿਉਂਕਿ ਉਹਨਾਂ ਦੀਆਂ ਰੂਹਾਂ ਅਜੇ ਰਾਫ ਦੇ ਵਿੱਚ ਨੇ ਸਾਨੂੰ ਪਤਾ ਨਹੀਂ ਹੈ ਕਿ ਕਿੱਥੇ ਨੇ ਨਾ ਇਸ ਕਰਕੇ ਉਹ ਈਦ ਨਹੀਂ ਹੈ ਉਹ ਦਿਹਾੜਾ ਹੈ 올 ਸੋਲਸ ਡੇ ਰੂਹਾਂ ਦਾ ਦਿਹਾੜਾ ਹੈ ਹੁਣ ਅਸੀਂ ਉਹਨਾਂ ਦੇ ਲਈ ਦੁਆ ਕਰਨੀ ਹੈ ਕਿੰਨੀਆਂ ਕਲਿਸੀਆਂਾਂ ਨਹੀਂ ਕਲਿਸਿਆ ਕਿੰਨੀਆਂ ਨੇ ਇੱਕ پاک ਕੈਥਲਿਕ ਰਸੂਲੀ ਕਲਿਸਿਆ ਹੈ ਉਹਦੇ ਹਿੱਸੇ ਕਿੰਨੇ ਹਨ ਕਿੰਨੇ ਹਿੱਸੇ ਹਨ ਤਿੰਨ ਹਿੱਸੇ ਹਨ ਪਹਿਲਾ ਹਿੱਸਾ ਸਵਰਗ ਦੇ ਵਿੱਚ ਹੈ ਜਿਹੜੀ ਜਲਾਲੀ ਕਲਿਸਿਆ ਖਵਾਉਂਦੀ ਹੈ ਜਿਹੜੀਆਂ ਰੂਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਨੇ ਸੰਤਾਂ ਦੀ ਸੰਗਤ ਵਿੱਚ ਨੇ ਉਹ ਜਲਾਲੀ ਕਲਿਸਿਆ ਹੈ ਜੋ ਪ੍ਰਭੂ ਦੀ ਆਰਾਧਨਾ ਕਰਦੇ ਰਹਿੰਦੇ ਨੇ ਧਰਤੀ ਉੱਤੇ ਇੱਕ ਚੰਗਾ ਜੀਵਨ ਬਿਤਾ ਕੇ ਕਈ ਰੂਹਾਂ ਨੇ ਇਰਾਫ ਦੇ ਵਿੱਚੋਂ ਆਪਣੀ ਸਜ਼ਾ ਭੁਗਤ ਕੇ ਸਵਰਗ ਵਿੱਚ ਗਈਆਂ ਨੇ ਉਹ ਸੰਗਤ ਹੈ ਉਹ ਕਲਿਸਿਆ ਹੈ ਜਿਹੜੀ ਸਵਰਗ ਦੇ ਵਿੱਚ ਹੈ ਦੂਸਰੀ ਕਲਿਸਿਆ ਹੈ ਜੋ ਇਰਾਫ ਦੇ ਵਿੱਚ ਹੈ ਦੁੱਖ ਸਹਿ ਰਹੀ ਹੈ ਪਾਪਾਂ ਦੀ ਜੋ ਇਸ ਦੁਨੀਆ ਦੇ ਵਿੱਚ ਰਹਿ ਕੇ ਉਹਨਾਂ ਨੇ ਪਾਪ ਕੀਤੇ ਜਿਨ੍ਹਾਂ ਦੀ ਗੁਨਾਹਾਂ ਦੀ ਉਹਨਾਂ ਨੂੰ ਮਾਫੀ ਨਹੀਂ ਮਿਲੀ ਉਹ ਗੁਨਾਹਾਂ ਦੀ ਮਾਫੀ ਪਾਉਣ ਦੇ ਲਈ ਉਹ ਰੂਹਾਂ ਇਰਾਫ ਦੇ ਵਿੱਚ ਜਾਂਦੀਆਂ ਨੇ ਤੇ ਉਹ ਰੂਹਾਂ ਨੂੰ ਅਸੀਂ ਕੀ ਕਹਿੰਦੇ ਹਾਂ ਉਹ ਉਹ ਕਲਿਸਿਆ ਨੂੰ ਅਸੀਂ ਕੀ ਕਹਿੰਦੇ ਹਾਂ ਦੁੱਖ ਸਹਿਣ ਵਾਲੀ ਕਲਿਸਿਆ ਜੋ ਇਰਾਫ ਦੇ ਵਿੱਚ ਹੈ ਤੀਸਰੀ ਕਲਿਸਿਆ ਦਾ ਹਿੱਸਾ ਹੈ ਜੋ ਇਸ ਧਰਤੀ ਦੇ ਉੱਤੇ ਹੈ ਜੋ ਅਸੀਂ ਸਾਰੇ ਹਾਂ ਤੇ ਉਹ ਕਲਿਸਿਆ ਨੂੰ ਅਸੀਂ ਕੀ ਕਹਿੰਦੇ ਹਾਂ ਕੀ ਕਹਿੰਦੇ ਹਾਂ ਉਸ ਨੂੰ ਜੰਗਾਵਰ ਕਲਿਸੀਆ ਕੀ ਕਹਿੰਦੇ ਆ ਅਸੀਂ ਮਿਲਟੈਂਟ ਚਰਚ ਜੋ ਸ਼ੈਤਾਨ ਦੇ ਨਾਲ ਲੜਦੀ ਹੈ ਕਲਿਸੀਆ ਜੋ ਸ਼ੈਤਾਨ ਦਾ ਸਾਹਮਣਾ ਕਰਦੀ ਹੈ ਹੁਣ ਇਹ ਜੋ ਕਲਿਸੀਆ ਹੈ ਜੰਗਾਵਰ ਕਲਿਸੀਆ ਹੈ ਇਹ ਕਲਿਸੀਆ ਹੈ ਜੋ ਮਦਦ ਕਰ ਸਕਦੀ ਹੈ ਜਿਹੜੀਆਂ ਰੂਹਾਂ ਸਵਰਗ ਵਿੱਚ ਹਨ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਨਹੀਂ ਹੈ ਲੇਕਿਨ ਜਿਹੜੀਆਂ ਰੂਹਾਂ ਇਰਾਫ ਦੇ ਵਿੱਚ ਹਨ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਹੈ ਤੇ ਉਹਨਾਂ ਦੀ ਮਦਦ ਸਿਰਫ ਅਸੀਂ ਕਰ ਸਕਦੇ ਹਾਂ ਇਸ ਕਰਕੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਰਹਿ ਕੇ ਉਹਨਾਂ ਇਮਾਨਦਾਰਾਂ ਦੇ ਲਈ ਪ੍ਰਾਰਥਨਾ ਕਰੀਏ ਜਿਹੜੀਆਂ ਇਰਾਫ ਦੇ ਵਿੱਚ ਇਰਾਫ ਵਿੱਚ ਜਿਹੜੇ ਦੁੱਖ ਸਹਿ ਰਹੇ ਹਨ ਹੋ ਸਕਦਾ ਹੈ ਸਾਡੀ ਇੱਕ ਪਾਕ ਮਾਸ ਦੀ ਕੁਰਬਾਨੀ ਦੇ ਦੁਆਰਾ ਰੋਜ਼ਰੀ ਮਾਲਾ ਦੇ ਜਾਬ ਦੇ ਦੁਆਰਾ ਜਾਂ ਜਦੋਂ ਵੀ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਉਹ ਪ੍ਰਾਰਥਨਾ ਦੇ ਦੁਆਰਾ ਇਹ ਰੂਹਾਂ ਪਾਕ ਸਾਫ ਹੋ ਕੇ ਸਵਰਗ ਵਿੱਚ ਜਾ ਸਕਦੀਆਂ ਨੇ ਇਹ ਸਾਡਾ ਵਿਸ਼ਵਾਸ ਹੈ ਇਸ ਕਰਕੇ ਅਸੀਂ ਜੋ ਸਾਡੀ ਜਿਹੜੀ ਦੋਸਤੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਨਾਲ ਹੋਣੀ ਚਾਹੀਦੀ ਹੈ ਜਿਹੜੀਆਂ ਰੂਹਾਂ ਖੁਦਾ ਦੀ ਹਜ਼ੂਰੀ ਵਿੱਚ ਨੇ ਪਾਕ ਲੋਕਾਂ ਦੀ ਸ਼ਰਾਕਤ ਇਹ ਪਾਕ ਲੋਕਾਂ ਦੀ ਸ਼ਰਾਕਤ ਕਿਹੜੇ ਲੋਕਾਂ ਨੂੰ ਪਾਕ ਜਿਹੜੇ ਪਾਕ ਲੋਕ ਇਰਾਫ ਵਿੱਚ ਵੀ ਨੇ ਲੇਕਿਨ ਉਹ ਆਪਣੇ ਗੁਨਾਹਾਂ ਦੀ ਸਜ਼ਾ ਦੇ ਲਈ ਉੱਥੇ ਹਨ ਜਦੋਂ ਉਹਨਾਂ ਦੀ ਸਜ਼ਾ ਮਾਫ ਹੋ ਗਈ ਉਹ ਸਵਰਗ ਵਿੱਚ ਚਲੇ ਜਾਣਗੇ ਤੇ ਪਾਕ ਲੋਕ ਜਿਹੜੇ ਸ਼ੁੱਧ ਹੋ ਕੇ ਲੇਲੇ ਦੇ ਲਹੂ ਦੇ ਨਾਲ ਧੋਤੇ ਜਾ ਚੁੱਕੇ ਹਨ ਚਿੱਟੇ ਹੋ ਗਏ ਹਨ ਉਹ ਸਵਰਗ ਦੇ ਵਿੱਚ ਹਨ ਅਸੀਂ ਉਹਨਾਂ ਦੀ ਸੰਗਤੀ ਉਹਨਾਂ ਦੀ ਦੋਸਤੀ ਦੇ ਵਿੱਚ ਰਹਿਣਾ ਹੈ ਹਾਂ ਪਿਆਰਿਓ ਕਈ ਵਾਰੀ ਸਾਡੇ ਮਸੀਹ ਜੀਵਨ ਦੇ ਵਿੱਚ ਅਸੀਂ ਭੁੱਲ ਜਾਂਦੇ ਹਾਂ ਇਸ ਤਰ੍ਹਾਂ ਮੈਂ ਦੱਸਿਆ ਕਿ ਸਾਡੀ ਜੋ ਦੋਸਤੀ ਹੈ ਉਹ ਧਰਤੀ ਦੇ ਲੋਕਾਂ ਨਾਲ ਵੀ ਹੋਣੀ ਚਾਹੀਦੀ ਹੈ ਸਵਰਗ ਦੇ ਲੋਕਾਂ ਦੇ ਨਾਲ ਵੀ ਹੋਣੀ ਚਾਹੀਦੀ ਹੈ ਕਈ ਵਾਰੀ ਅਸੀਂ ਜੋ ਧਰਤੀ ਉਤਲੀ ਜਿਹੜੀ ਦੋਸਤੀ ਹੈ ਸਾਡੇ ਮਾਪੇ ਬਾਪ ਨਾਲ ਸਾਡੇ ਭੈਣ ਭਰਾਵਾਂ ਦੇ ਨਾਲ ਸੱਜਣਾ ਮਿੱਤਰਾਂ ਦੇ ਨਾਲ ਜੋ ਦੋਸਤੀ ਹੈ ਉਹ ਵੀ ਕਈ ਵਾਰੀ ਅਸੀਂ ਖਤਮ ਕਰ ਦਿੰਦੇ ਹਾਂ ਆਪਣੇ ਮਾਪੇ ਬਾਪ ਨੂੰ ਭੁੱਲ ਜਾਂਦੇ ਹਾਂ ਇਹ ਬਹੁਤ ਵਧੀਆ ਕਲਿਸਿਆ ਦੇ ਵਿੱਚ ਇੱਕ ਦਸਤੂਰ ਹੈ ਕਿ ਜਦੋਂ ਅਸੀਂ ਮੋਇਆ ਹੋਏਆਂ ਦੇ ਲਈ ਦੁਆ ਕਰਦੇ ਹਾਂ ਬਾਕੀ ਪੂਰੇ ਸਾਲ ਦੇ ਵਿੱਚ ਹੋ ਸਕਦਾ ਸਾਨੂੰ ਉਹ ਚੇਤੇ ਨਾ ਆਉਣ ਕਈ ਵਾਰੀ ਅਸੀਂ ਚੇਤਾ ਹੀ ਭੁਲਾ ਲੈਨੇ ਹਾਂ ਲੇਕਿਨ ਕਮ ਸੇ ਕਮ ਅਸੀਂ 2 ਨਵੰਬਰ ਨੂੰ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਕਬਰਾਂ ਦੇ ਉੱਤੇ ਜਾ ਕੇ ਉਹਨਾਂ ਦੇ ਲਈ ਅਸੀਂ ਦੁਆ ਕਰਦੇ ਹਾਂ ਜਦੋਂ ਮੈਂ ਅੰਮ੍ਰਿਤਸਰ ਦੇ ਵਿੱਚ ਸੀ ਤੇ ਉੱਥੇ ਮੈਂ ਸੋਚਿਆ ਕਿ 2011 ਦੀ ਗੱਲ ਹੈ ਮੈਂ ਲੋਕਾਂ ਨੂੰ ਦੱਸਿਆ ਕਿ ਅਸੀਂ ਕਬਰਸਤਾਨ ਸਾਫ਼ ਕਰਨਾ ਹੈ ਤੇ ਸਾਰਿਆਂ ਨੇ ਮੇਰੇ ਨਾਲ ਜਾਣਾ ਹੈ ਕਬਰਸਤਾਨ ਅਸੀਂ ਆਪਣੇ ਮੂਆਆਂ ਹੋਆ ਬਜ਼ੁਰਗਾਂ ਨੂੰ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਯਾਦ ਕਰੀਏ ਉਹਨਾਂ ਦੇ ਲਈ ਅਸੀਂ ਦੁਆਵਾਂ ਕਰੀਏ ਅਸੀਂ ਉਹਨਾਂ ਦੀ ਪਹਿਲਾਂ ਕਬਰਾਂ ਨੂੰ ਸਾਫ਼ ਕਰੀਏ ਕਬਰਸਤਾਨ ਨੂੰ ਸੁੰਦਰ ਬਣਾਈਏ ਜਦੋਂ ਮੈਂ ਅਨਾਉਂਸ ਕੀਤਾ ਤੇ ਗਿਰਜੇ ਦੇ ਕਬਰਾਂ ਦੀ ਸਫਾਈ ਕਰਨ ਦੇ ਲਈ ਸਿਰਫ ਗਿਣੇ-ਚੁਣੇ ਲੋਕ ਆਏ ਪੰਜ-ਸੱਤ ਜਣੇ ਆਏ ਤੇ ਉਹ ਆਪਣੇ ਆਪਣੀਆਂ ਕਬਰਾਂ ਸਾਫ਼ ਕਰਕੇ ਚਲੇ ਗਏ ਆਪਣੇ ਆਪਣੇ ਰਿਸ਼ਤੇਦਾਰਾਂ ਦੀਆਂ ਆਪਣੀਆਂ ਕਬਰਾਂ ਨਹੀਂ ਆਪਣੇ ਰਿਸ਼ਤੇਦਾਰਾਂ ਦੀਆਂ ਕਬਰਾਂ ਸਾਫ਼ ਕਰਕੇ ਚਲੇ ਗਏ ਉਸੇ ਹਫ਼ਤੇ ਮੈਨੂੰ ਇੱਕ ਸੁਪਨਾ ਆਇਆ ਉਹ ਸੁਪਨਾ ਹੁਣ ਧਿਆਨ ਦੇ ਨਾਲ ਸੁਣਨਾ ਬੜਾ ਜ਼ਰੂਰੀ ਹੈ ਮੈਨੂੰ ਸੁਪਨਾ ਆਇਆ ਕਿ ਮੈਂ ਮੇ ਆਪਣੇ ਨਾਲ ਬਾਉ ਜੀ ਤੇ ਕੁਝ ਸਿਸਟਰਾਂ ਅਸੀਂ ਕਬਰਸਤਾਨ ਦੇ ਵਿੱਚ ਜੋ ਬਰਕਤ ਕਬਰਾਂ ਦੀ ਬਰਕਤ ਹੈ ਉਹ ਕਰਨ ਦੇ ਲਈ ਜਾ ਰਹੇ ਹਾਂ ਜਦੋਂ ਅਸੀਂ ਕਬਰਾਂ ਦੀ ਬਰਕਤ ਕਰ ਰਹੇ ਸੀ ਤਾਂ ਮੈਂ ਦੇਖਿਆ ਕਿ ਬਹੁਤ ਸਾਰੇ ਬਜ਼ੁਰਗ ਕਬਰਾਂ ਦੇ ਆਲੇ ਦੁਆਲੇ ਖੜੇ ਹਨ ਬੱਚੇ ਵੀ ਹਨ ਕਈ ਬਜ਼ੁਰਗ ਵੀ ਹਨ ਤੇ ਉਹਨਾਂ ਦੇ ਜਿਹੜੇ ਚਿਹਰੇ ਹਨ ਉਹ ਬੜੇ ਉਦਾਸ ਹਨ ਬਹੁਤ ਉਦਾਸ ਚਿਹਰੇ ਹਨ ਕਈ ਰੋ ਰਹੇ ਸੀ ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਹਾਂਜੀ ਤੁਸੀਂ ਕਿਉਂ ਰੋ ਰਹੇ ਹੋ ਕਹਿੰਦੇ ਕਿ ਦੇਖੋ ਸਾਡੀਆਂ ਕਬਰਾਂ ਦਾ ਹਾਲ ਵੇਖੋ ਨਾ ਕੋਈ ਇੱਥੇ ਇੰਨੀ ਏਡੀ ਵੱਡੀ ਕਾਈ ਹੈ ਘਾਹ ਉੱਗਿਆ ਹੋਇਆ ਹੈ ਸਾਡੇ ਬੱਚੇ ਜਿਨ੍ਹਾਂ ਨੂੰ ਅਸੀਂ ਇੰਨਾ ਪਿਆਰ ਕੀਤਾ ਇੱਥੇ ਦਫਨਾ ਕੇ ਸਾਨੂੰ ਚਲੇ ਗਏ ਹੁਣ ਕੋਈ ਪੁੱਛਦਾ ਵੀ ਨਹੀਂ ਹੈ ਨਾ ਕੋਈ ਸਫਾਈ ਕਰਨ ਲਈ ਆਉਂਦਾ ਹੈ ਨਾ ਕੋਈ ਸਾਡੀ ਖਬਰ ਲੈਣ ਲਈ ਆਉਂਦਾ ਹੈ ਅਸੀਂ ਇੱਥੇ ਦੁਖੀ ਹਾਂ ਇਹ ਸੁਪਨਾ ਮੈਨੂੰ ਆਇਆ ਫਿਰ ਮੈਂ ਅਗਲੇ ਐਤਵਾਰ ਲੋਕਾਂ ਨੂੰ ਦੱਸਿਆ ਕਿ ਮੈਨੂੰ ਇਦਾਂ ਸੁਪਨਾ ਆਇਆ ਜੇ ਕਿ ਮੈਂ ਕਬਰਾਂ ਦੇ ਆਲੇ-ਦੁਆਲੇ ਬਰਕਤ ਕਰਨ ਗਿਆ ਤੇ ਉਹ ਲੋਕੀ ਖੜੇ ਨੇ ਉੱਥੇ ਕਬਰਾਂ ਦੇ ਆਲੇ-ਦੁਆਲੇ ਖੜੇ ਨੇ ਤੇ ਕਬਰਾਂ ਸਾਫ਼ ਕਰ ਲੋ ਨਹੀਂ ਤਾਂ ਪਿੰਡ ਵਾਲ ਨੂੰ ਉਹਨਾ ਆ ਜਾਣਾ ਜੇ ਕਬਰਾਂ ਸਾਫ਼ ਕਰ ਲੋ ਨਹੀਂ ਤਾਂ ਉਹਨਾਂ ਨੇ ਪਿੰਡ ਵਾਲ ਆ ਜਾਣਾ ਤੇ ਤੁਸੀਂ ਮੰਨਣਾ ਨਹੀਂ ਹੈ 100 ਤੋਂ ਵੱਧ ਲੋਕ ਕਬਰਾਂ ਸਾਫ਼ ਕਰਨ ਦੇ ਲਈ ਕਬਰਸਤਾਨ ਦੇ ਵਿੱਚ ਆ ਗਏ ਹallelujah 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 ਇਕ ਜਿਹੜੀ ਇਹ ਈਮਾਨ ਦੀਆਂ ਜੋ ਗੱਲਾਂ ਨੇ ਅਸੀਂ ਇਹ ਆਪਣੇ ਮਨ ਦੇ ਵਿੱਚ ਬਿਠਾਣੀਆਂ ਨੇ ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਹੈ ਕਿ ਜੋ ਦੋਸਤੀ ਹੈ ਖੁਦਾ ਦੇ ਨਾਲ ਖੁਦਾ ਦੇ ਲੋਕਾਂ ਦੇ ਨਾਲ ਅਤੇ ਇਸ ਧਰਤੀ ਦੇ ਉੱਤੇ ਉਹ ਜਿਹੜੀ ਸਾਡੀ ਦੋਸਤੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਅਸੀਂ ਚਲਾਕ ਬੰਨਣਾ ਹੈ ਇਸ ਇਸ ਮੁਖ्तार ਦੇ ਵਾਂਗੂ ਇਸ ਨੌਕਰ ਦੇ ਵਾਂਗੂ ਅਸੀਂ ਚਲਾਕ ਬੰਨਣਾ ਹੈ ਸਵਰਗ ਦੇ ਵਿੱਚ ਜਾਣ ਦੇ ਲਈ ਸਵਰਗ ਦੇ ਵਿੱਚ ਅਸੀਂ ਆਪਣੀ ਜੋ ਥਾਂ ਹੈ ਉਹ ਪੱਕੀ ਕਰਨੀ ਹੈ ਨਾ ਕਿ ਇਸ ਧਰਤੀ ਦੇ ਉੱਤੇ ਥਾਵਾਂ ਪੱਕੀਆਂ ਕਰਨੀਆਂ ਹਨ ਸਵਰਗ ਦੇ ਵਿੱਚ ਥਾਂ ਪੱਕੀ ਕਰਨੀ ਹੈ ਜਦੋਂ ਮੈਂ ਇਹ ਕਿੱਸਾ ਇਹ ਜੋ ਮੈਨੂੰ ਸੁਪਨਾ ਆਇਆ ਸੀ ਇਹਦੇ ਬਾਰੇ ਮੈਂ ਦੱਸਿਆ ਤੇ ਇੱਕ ਸਿਸਟਰ ਜੀ ਮੇਰੇ ਕੋਲ ਆਈ ਤੇ ਉਹਨਾਂ ਨੇ ਇੱਕ ਆਪਣਾ ਅਨੁਭਵ ਮੇਰੇ ਨਾਲ ਸਾਂਝਾ ਕੀਤਾ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤਾਂ ਕਿ ਅਸੀਂ ਮੋਇਆਂ ਹੋਇਆਂ ਦੇ ਲਈ ਦੁਆ ਕਰੀਏ ਉਹ ਉਹ ਸਿਸਟਰ ਜੀ ਨੇ ਮੈਨੂੰ ਦੱਸਿਆ ਕਿ ਫਾਦਰ ਜੀ ਜਦੋਂ ਮੇਰੇ ਪਿਤਾ ਜੀ ਪੂਰੇ ਹੋ ਗਏ ਤੇ ਮੈਨੂੰ ਮੌਤ ਦੇ ਬਾਅਦ ਉਹ ਦਿਖਾਈ ਦਿੱਤੇ ਕਿਸ ਹਾਲਤ ਵਿੱਚ ਦਿਖਾਈ ਦਿੱਤੇ ਉਹਨਾਂ ਦੇ ਸਿਰ ਤੇ ਇੱਥੇ ਐਡਾ ਸਾਰਾ ਫੋੜਾ ਕਪੜੇ ਪਾਟੇ ਪੁਰਾਣੇ ਤੇ ਚਿਹਰੇ ਦੇ ਉੱਤੇ ਜਿੱਦਾਂ ਕੀ ਰੋਣ ਵਾਲਾ ਮੂੰਹ ਬਣਾਇਆ ਤੇ ਬੜੇ ਦੁਖੀ ਤੇ ਕਹਿੰਦੀ ਜਦੋਂ ਮੈਂ ਆਪਣੇ ਪਿਤਾ ਨੂੰ ਇਹੋ ਜੀ ਹਾਲਤ ਵਿੱਚ ਦੇਖਿਆ ਤੇ ਮੇਰਾ ਦਿਲ ਬੜਾ ਦੁਖੀ ਹੋਇਆ ਕਿ ਪਿਤਾ ਜੀ ਦੀ ਹਾਲਤ ਇਹੋ ਜੀ ਹੈ ਤੇ ਕਹਿੰਦੀ ਫਿਰ ਮੈਂ ਪਾਕ ਮਾਸ ਦੀਆਂ ਕੁਰਬਾਨੀਆਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ ਰੋਜ਼ਨੀ ਪੜਨੀ ਸ਼ੁਰੂ ਕਰ ਦਿੱਤੀ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ हे ਪ੍ਰਭੂ ਮੇਰੇ ਪਿਤਾ ਜੀ ਦੀ ਹਾਲਤ ਇਹੋ ਜੀ ਹੈ ਉਸ ਨੂੰ ਮਾਫੀ ਦਿਓ ਕਹਿੰਦੀ 6 ਮਹੀਨੇ ਲੰਘ ਗਏ 6 ਮਹੀਨੇ ਤੱਕ ਉਸ ਇਸਤਰੀ ਨੇ ਦੁਆਵਾਂ ਕੀਤੀਆਂ ਤੇ ਦੂਜੀ ਵਾਰੀ ਫੇਰ ਕਹਿੰਦੀ ਮੇਰੇ ਪਿਤਾ ਜੀ ਮੈਨੂੰ ਦਿਖਾਈ ਦਿੱਤੇ ਅਤੇ ਕਹਿੰਦੀ ਇਸ ਵਾਰੀ ਜਿਹੜਾ ਉਹਨਾਂ ਦਾ ਇਹ ਫੋੜਾ ਸੀ ਉਹ ਥੋੜਾ ਜਿਹਾ ਸੁੱਕ ਗਿਆ ਸੀ ਤੇ ਕੱਪੜੇ ਉਹਦਾਂ ਦੇ ਹੀ ਸੀ ਪਰ ਚਿਹਰਾ ਹੁਣ ਜਿਹੜਾ ਥੋੜਾ ਜਿਹਾ ਠੀਕ ਠਾਕ ਸੀ ਚਿਹਰਾ ਜਿਹੜਾ ਹੁਣ ਠੀਕ-ਠਾਕਸ ਫਿਰ ਸਿਸਟਰ ਨੇ ਦੁਆਵਾਂ ਜਾਰੀ ਰੱਖੀਆਂ ਤੀਸਰੀ ਵਾਰੀ ਕਹਿੰਦੇ ਕੀ ਮੈਨੂੰ ਮੇਰੇ ਪਿਤਾ ਜੀ ਦਿਖਾਈ ਦਿੱਤੇ ਵੱਡੇ ਦਿਨ ਵਾਲੇ ਦਿਨ 24 ਤਰੀਕ ਨੂੰ ਮੈਨੂੰ ਮੇਰੇ ਪਿਤਾ ਜੀ ਦਿਖਾਈ ਦਿੱਤੇ ਕਹਿੰਦੀ ਇਸ ਵਾਰੀ ਜਦੋਂ ਮੈਂ ਆਪਣੇ ਪਿਤਾ ਨੂੰ ਵੇਖਿਆ ਕਹਿੰਦੀ ਚਿੱਟੇ ਕੱਪੜੇ ਪਾਏ ਹੋਏ ਜਿਹੜਾ ਮੱਥੇ ਤੇ ਫੋੜਾ ਸੀ ਉਹਦਾ ਕੋਈ ਨਾਮੂ ਨਿਸ਼ਾਨੀ ਹੈ ਨਹੀਂ ਸੀ ਅਤੇ ਤੁਰਲੇ ਵਾਲੀ ਕਹਿੰਦੇ ਪੱਗ ਪਿਤਾ ਜੀ ਤੁਰਲੇ ਵਾਲੀ ਪੱਗ ਬੰਨਦੇ ਸੀ ਉਹ ਪੱਗ ਬੰਨੀ ਤੇ ਚਿਹਰੇ ਤੇ ਮੁਸਕਰਾਹਟ ਖੁਸ਼ੀ ਦੇ ਨਾਲ ਕਹਿੰਦੇ ਮੇਰੇ ਪਿਤਾ ਜੀ ਮੁਸਕਰਾ ਰਹੇ ਸੀ ਉਸ ਦੇ ਬਾਅਦ ਕਹਿੰਦੀ ਮੇਰੇ ਪਿਤਾ ਜੀ ਮੈਨੂੰ ਕਦੇ ਵੀ ਦਿਖਾਈ ਨਹੀਂ ਦਿੱਤੇ ਹallelujah 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 ਹੁਣ ਕਈ ਵਾਰੀ ਸਾਡੇ ਸੱਜਣ ਮਿੱਤਰ ਸਾਡੇ ਮਾਪੇ ਸਾਨੂੰ ਸੁਪਨਿਆਂ ਦੇ ਵਿੱਚ ਇਸ ਤਰ੍ਹਾਂ ਦਿਖਾਈ ਦਿੰਦੇ ਨੇ ਉਸ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਸਾਡੀਆਂ ਦੁਆਵਾਂ ਦੀ ਲੋੜ ਹੈ ਅਤੇ ਅਸੀਂ ਹੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹ ਆਪਣੇ ਆਪ ਆਪਣੀ ਮਦਦ ਨਹੀਂ ਕਰ ਸਕਦੇ ਹੁਣ ਇਸ ਸਿਸਟਰ ਜੀ ਦੇ ਪਿਤਾ ਜੀ ਨੂੰ ਉਹਨਾਂ ਦੀਆਂ ਪ੍ਰਾਰਥਨਾਵਾਂ ਦੀ ਲੋੜ ਸੀ ਉਸ ਨੇ ਉਹਨਾਂ ਦੇ ਲਈ ਪਾਕਮਾਸ ਦੀਆਂ ਕੁਰਬਾਨੀਆਂ ਚੜਾਈਆਂ ਦੁਆਵਾਂ ਕੀਤੀਆਂ ਅਤੇ ਵੇਖੋ ਉਹ ਰੂਹ ਸਾਫ਼ ਹੋ ਗਈ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਗਈ ਹallelujah ਹallelujah ਹੁਣ ਇਹ ਪੂਰਾ ਨਵੰਬਰ ਦਾ ਮਹੀਨਾ ਮੌਿਆਂ ਹੋਿਆਂ ਦੇ ਲਈ ਸਮਰਪਿਤ ਹੈ ਇਸ ਕਰਕੇ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਹੈ ਇਹ ਜ਼ਰੂਰੀ ਨਹੀਂ ਹੈ ਕਿ 2 ਤਰੀਕ ਨੂੰ ਹੀ ਤੁਸੀਂ ਕਬਰਸਤਾਨ 'ਚ ਜਾਣਾ ਸੀ ਹੁਣ ਵੀ ਜਦੋਂ ਤੁਹਾਨੂੰ ਮੌਕਾ ਮਿਲੇ ਆਪਣੇ ਬਜ਼ੁਰਗਾਂ ਦੀਆਂ ਖਬਰਾਂ ਦੇ ਉੱਤੇ ਜਾ ਕੇ ਉਹਨਾਂ ਦੇ ਲਈ ਦੁਆ ਕਰੋ ਹੋ ਸਕੇ ਤੇ ਫਾਦਰ ਜੀ ਕੋਲ ਆ ਕੇ ਉਹਨਾਂ ਦੀਆਂ ਰੂਹਾਂ ਦੀ ਸ਼ਾਂਤੀ ਦੇ ਲਈ ਪਾਕ ਮਾਸ ਦੀ ਕੁਰਬਾਨੀ ਚੜਾਓ ਤੇ ਜੇ ਦੋਸੀਂ ਇਸ ਤਰ੍ਹਾਂ ਕਰਾਂਗੇ ਤੇ ਸਾਡੀ ਜਿਹੜੀ ਦੋਸਤੀ ਹੈ ਸਾਡਾ ਜੋ ਪਿਆਰ ਹੈ ਇਹਨਾਂ ਰੂਹਾਂ ਦੇ ਨਾਲ ਉਹ ਮਜ਼ਬੂਤ ਹੁੰਦਾ ਜਾਵੇਗਾ ਤੇ ਜਦੋਂ ਇਹ ਰੂਹਾਂ پاک ਸਾਫ਼ ਹੋ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚਲੀਆਂ ਗਈਆਂ ਸਵਰਗ ਦੇ ਵਿੱਚ ਚਲੀਆਂ ਗਈਆਂ ਤੇ ਉਹ ਫਿਰ ਸਾਡੇ ਲਈ ਸਿਫਾਰਸ਼ਾਂ ਕਰਨਗੇ ਉਹ ਸਾਡੇ ਮਦਦਗਾਰ ਬਣ ਜਾਂਦੇ ਹਨ ਦੇਖੋ ਉਹ ਦੋਸਤੀ ਕਿਸ ਤਰ੍ਹਾਂ ਅੱਗੇ ਵਧਦੀ ਜਾਂਦੀ ਹੈ ਸਵਰਗ ਦੇ ਵਿੱਚ ਜਿਹੜੇ ਲੋਕਾਂ ਨਾਲ ਸਾਡੀ ਦੋਸਤੀ ਹੈ ਉਹ ਧਰਤੀ ਦੇ ਉੱਤੇ ਸਾਡੇ ਸਫ਼ਰ ਦੇ ਵਿੱਚ ਸਾਡੀ ਮਦਦ ਕਰਨਗੇ ਹਾਂ ਪਿਆਰਿਓ ਇਹੋ ਹੀ ਅੱਜ ਦਾ ਜੋ ਸੰਦੇਸ਼ ਹੈ ਕਿ ਅਸੀਂ ਉਹ ਨੌਕਰ ਉਸ ਨੌਕਰ ਵਾਂਗ ਚਤੁਰਾਈ ਦੇ ਅਸੀਂ ਜਿਹੜੇ ਤਰੀਕੇ ਸਿੱਖੀਏ ਜਿਹਦੇ ਨਾਲ ਅਸੀਂ ਸਵਰਗ ਦੇ ਵਿੱਚ ਦਾਖਲ ਹੋ ਸਕਦੇ ਹਾਂ ਨਾ ਕਿ ਇਸ ਧਰਤੀ ਦੇ ਉੱਤੇ ਚਲਾਕ ਨਹੀਂ ਬਣਨਾ ਹੈ ਇੱਥੇ ਚਲਾਕੀਆਂ ਨਹੀਂ ਮਾਰਨੀਆਂ ਹੈ ਇੱਥੇ ਧੋਗਾ ਧੋਖਾ ਠੱਗੀ ਠੋਰੀਆਂ ਨਹੀਂ ਕਰਨੀਆਂ ਸਗੋਂ ਅਸੀਂ ਸਵਰਗ ਦੇ ਵਿੱਚ ਆਪਣੀਆਂ ਥਾਵਾਂ ਪੱਕੀਆਂ ਕਰਨ ਦੇ ਲਈ ਮਿਹਨਤ ਕਰਨੀ ਹੈ